ਸਤਿ ਸ਼੍ਰੀ ਅਕਾਲ ਜੀ, ਮੈਂ ਨਵਰੀਤ ਸਿਵੀਆ। ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ। ਕਿਸਾਨੀ ਧਰਨੇ ਦੇ ਵਿੱਚ ਨਾ ਤਾਂ ਲੰਗਰ ਦੇ ਵਿੱਚ ਖਾਣ ਵਾਲਿਆਂ ਦੀ ਕੋਈ ਤੋੜ ਹੈ ਅਤੇ ਨਾ ਹੀ ਖਵਾਉਣ ਵਾਲਿਆਂ ਦੀ। ਖਾਣਾ ਜ਼ਰੂਰੀ ਆ ਬਾਈ, ਜੇ ਤਕੜੇ ਰਹਾਂਗੇ ਤਾਂ ਹੀ ਕੰਮ ਚੱਲੂਗਾ। ਪਰ ਤੁਸੀਂ ਦੂਜੇ ਪਾਸੇ ਦੇਖ ਸਕਦੇ ਹੋ ਕਿ ਲੰਗਰ ਆ ਜਿਹੜਾ ਇੱਥੇ ਪੀਜ਼ੇ ਦਾ ਚੱਲ ਰਿਹਾ ਅਤੇ ਬਾਈ ਜਿਹੜੇ ਸਾਰੇ ਖੜ੍ਹੇ ਆ। ਥੋੜ੍ਹਾ ਜਿਹਾ ਇੰਤਜ਼ਾਰ ਤਾਂ ਕਰਨਾ ਪੈਂਦਾ ਕਿਉਂਕਿ ਪੀਜ਼ਾ ਬਣਾਉਣਾ ਕੋਈ ਸੌਖੀ ਗੱਲ ਨਹੀਂ। ਕੈਨੇਡੀਅਨ ਪੀਜ਼ਾ ਦੇ ਨਾਮ 'ਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਨਾ ਸ਼ੋਰੂਮ ਹੁੰਦੇ ਆ ਜਾਂ ਖਾਣ ਪੀਣ ਦੇ ਆਊਟਲੈਟ ਹੁੰਦੇ ਆ। ਸੋ ਉਸੇ ਕੈਨੇਡੀਅਨ ਪੀਜ਼ਾ ਦਾ ਇੱਥੇ ਲੰਗਰ ਲਾਇਆ ਹੋਇਆ ਬਾਈ ਤੁਹਾਡੇ ਸਾਹਮਣੇ ਬਣਾਈ ਜਾਂਦੇ ਹੋ। ਬਾਈ ਕਿਹੜਾ ਪੀਜ਼ਾ ਬਣਾ ਰਹੇ ਹੋ ਇਹ? ਮਿਕਸ ਹੀ ਆ ਵੀਰੇ ਸਾਰੇ ਇਹ। ਅੱਛਾ, ਸਾਰਾ ਕੁਝ ਮਿਕਸ ਕਰਕੇ? ਹਾਂਜੀ ਮਿਕਸ। ਕਿਹੜੀ ਜਗ੍ਹਾ ਤੋਂ ਆਏ ਹੋ? ਜੀਰੇ ਤੋਂ ਵੀਰੇ, ਫਿਰੋਜ਼ਪੁਰ। ਫਿਰੋਜ਼ਪੁਰ ਜੀਰੇ ਤੋਂ? ਹਾਂਜੀ। ਤੁਸੀਂ ਪ੍ਰੋਫੈਸ਼ਨਲ ਸ਼ੈਫ ਹੋ ਜਾਂ? ਨਹੀਂ, ਆਪਣਾ ਹੀ ਆ ਸ਼ੈਫ ਤਾਂ ਨਹੀਂ ਕਹਦੇ। ਆਪਦਾ ਹੀ ਆ ਤੁਹਾਡਾ? ਆਪਣਾ ਆਪਦਾ ਹੀ। ਹਾਂਜੀ, ਤੁਹਾਡਾ ਆਪਦਾ ਮਤਲਬ ਕੰਮ ਸੀ ਤੇ ਹੁਣ ਤੁਸੀਂ ਇੱਥੇ ਆ ਕੇ। ਆਈਡੀਆ ਕਿਵੇਂ ਆਇਆ ਵੀ ਯਾਰ ਪੀਜ਼ੇ ਦਾ ਲੰਗਰ? ਕਿ ਜੋ ਜਿਹਦਾ ਹੈਗਾ ਉਹ ਸਾਰਾ ਆਪਣਾ ਕਰ ਰਿਹਾ, ਸਾਨੂੰ ਇਹ ਸਾਡਾ ਪੀਜ਼ਾ ਅਸੀਂ ਆ ਜਾ ਕੇ ਪੀਜ਼ੇ ਦਾ ਲੰਗਰ ਲਾ ਦਿੰਨੇ ਆ। ਜਿਹਦੀ ਜਿੰਨੀ ਹੈਗੀ ਆ, ਜਿੰਨੀ ਹੈਗੀ ਬੰਦਾ ਉਹਨੇ ਕਰੀ ਜਾਂਦਾ। ਸਾਡਾ ਜਿੰਨਾ ਸੀਗਾ ਅਸੀਂ, ਚਲੋ ਐਂ ਨਹੀਂ ਕਹੀਦੇ, ਵਧੀ ਜਿੰਨਾ ਹੈਗਾ ਸਾਡਾ ਉਹਨਾਂ ਕਰੀ ਜਾਂਦੇ ਆ। ਸੋ ਬਿਲਕੁਲ ਬਾਈ ਕਹਿੰਦਾ ਵੀ ਜਿੰਨਾ ਜ਼ੋਰ ਬਾਈ ਜੀ ਤੋਂ ਲੱਗਦਾ। ਇਹੀ ਕਿਸਾਨੀ ਧਰਨੇ ਦੇ ਵਿੱਚ ਇਹਦੀ ਖਾਸੀਅਤ ਆ ਵੀ ਜਿਹਦਾ ਜਿੰਨਾ ਹੀ ਲੱਗਦਾ ਜ਼ੋਰ ਉਹ ਲਾ ਰਿਹਾ ਗਾ। ਕੀ ਨਾਮ ਆ ਬਾਈ ਤੁਹਾਡਾ? ਕਮਲਪ੍ਰੀਤ ਸਿੰਘ ਜੀ। ਕਿਹੜੀ ਜਗ੍ਹਾ ਤੋਂ? ਫਿਰੋਜ਼ਪੁਰ ਜੀ। ਸਾਰੇ ਫਿਰੋਜ਼ਪੁਰੀਆਂ ਨੇ ਇਕੱਠੇ ਹੋ ਕੇ ਲਾਇਆ? ਫਿਰੋਜ਼ਪੁਰੀ ਜੀ। ਅੱਛਾ, ਤੇ ਆਹ ਬਾਈ ਕਹਿੰਦਾ ਵੀ ਜਿਹਦਾ ਜਿੰਨੀ ਹੈ ਨਾ ਬੇਤਾ ਉਹ ਉਹਨਾਂ ਲਾ ਰਿਹਾ ਗਾ। ਤੇ ਤੁਹਾਨੂੰ ਲੱਗਦਾ ਵੀ ਜਿਹੜਾ ਪੀਜ਼ੇ ਦਾ ਲੰਗਰ ਹੈਗਾ ਇਹ ਕਿਉਂ ਜ਼ਰੂਰੀ ਸੀ ਬਾਕੀ ਕੋਈ ਦੂਜੇ ਲੰਗਰ ਨੂੰ? ਜ਼ਰੂਰੀ ਨਹੀਂ ਸੀ, ਅਸੀਂ ਤਾਂ ਜੋ ਸਾਡੇ ਬਜ਼ੁਰਗ ਆ ਕੇ ਬੈਠੇ ਆ ਠੰਡ ਦੇ ਵਿੱਚ ਇੱਥੇ, ਅਸੀਂ ਤਾਂ ਉਹਨਾਂ ਦੀ ਬਾਬਤ ਆ ਕੇ ਪੀਜ਼ਾ ਲੰਗਰ ਲਾਇਆ। ਵੀ ਖੁਸ਼ ਹੋ ਜਾਣ ਬਾਬੇ ਜਣ? ਕੁਛ ਕਰਨਾ ਸੀ ਬਾਬੇ, ਖੁਸ਼ ਹੋਏ? ਹਾਂਜੀ ਖੁਸ਼ ਹੈ ਜੀ, ਪੂਰੇ ਖੁਸ਼ ਹੋ। ਕੀ ਨਾਮ ਆ ਜੀ ਤੁਹਾਡਾ? ਬਲਰਾਮ ਸਿੰਘ ਬਰਾੜ, ਪਿੰਡ ਫੇਰੋਗੇ ਜੀ। ਪਿੰਡ ਫੇਰੋਗੇ, ਜ਼ਿਲ੍ਹਾ ਫਿਰੋਜ਼ਪੁਰ। ਇਹ ਰਾਜਪਾਲ ਸਿੰਘ ਨੇ ਕੈਨੇਡੀਅਨ ਪੀਜ਼ਾ ਰਜਿਸਟਰ ਕਰਾਇਆ, ਕੋਈ 8-10 ਮਤਲਬ ਸ਼ਹਿਰਾਂ ਦੇ ਵਿੱਚ ਚੱਲ ਰਿਹਾ ਇਹ। ਇਹ ਜਿਵੇਂ ਹੁਣ ਕਿਸਾਨੀ ਦੇ ਹੱਕ ਲੈਣ ਵਾਸਤੇ ਅਸੀਂ ਇੱਥੇ ਦਿੱਲੀ ਦੇ ਵਿੱਚ ਆਏ ਹਾਂ, ਇਹ ਹੱਕ ਲੈ ਕੇ ਅਸੀਂ ਜਾਵਾਂਗੇ। ਇਹ ਕੱਲ੍ਹ ਦਾ ਪੀਜ਼ਾ ਚੱਲਦਾ ਸ਼ਾਮ ਦਾ, ਅਤੇ 7-8 ਦਿਨ ਮਤਲਬ ਚੱਲਣਾ, 7-8 ਦਿਨ ਚਲਾਉਣਾ। ਮੈਂ ਫਿਰ ਬਾਈ ਦੇ ਕੋਲ ਦੁਬਾਰੇ ਜਾਊਂਗਾ। ਵੀਰੇ ਆਇਓ ਮਾੜਾ ਜਿਹਾ, 7-8 ਦਿਨ ਚਲਾਉਣਾ ਇਹ? ਹੋਰ ਜਿੰਨੇ ਦਿਨ ਚੱਲੂਗਾ ਉਨੇ ਦਿਨ ਚਲਾਵਾਂਗੇ ਜੀ। ਅੱਛਾ, ਇਹ ਕਿੰਨੇ ਦਾ ਮਤਲਬ ਤੁਹਾਡਾ ਰੋਜ਼ ਦਾ ਲੱਗ ਜਾਂਦਾ ਪੀਜ਼ਾ ਜਾਂ ਕਿੰਨੇ ਮਤਲਬ ਉਹਦੇ ਪੀਸ ਵਗੈਰਾ ਲੱਗ ਜਾਂਦੇ ਆ? ਜੇ ਤੁਸੀਂ ਦੱਸਣਾ ਚਾਹੋ ਤਾਂ ਕਿੰਨੇ ਦਾ ਪੀਜ਼ਾ ਲੱਗ ਜਾਂਦਾ ਰੋਜ਼? ਕਿੰਨੇ ਦਾ ਗਿਣਤੀ ਨਹੀਂ ਲਾਈ, ਹਿਸਾਬ ਨਹੀਂ ਲਾਇਆ, ਆਹੀ ਦਾ ਕੰਮ ਗੱਲ ਹੈ, ਹਿਸਾਬ ਨਹੀਂ ਲਾਇਆ ਜੀ। ਸਾਡਾ ਇਹ ਹੈ ਕਿ ਜਿਵੇਂ 2 ਦਿਨ ਇੱਥੇ ਲਾਵਾਂਗੇ, ਹੁਣ ਬਾਅਦ ਚੋਂ ਪਰਸੋਂ ਉੱਧਰ ਜਾਣਾ ਦੂਜੇ ਬਾਰਡਰ ਤੇ, ਸਿੰਘੂ ਦੇ, ਸਿੰਘੂ ਬਾਰਡਰ ਤੇ ਜਾਣਾ। ਸਾਡੇ ਹੈ ਕਿ ਜਿੰਨੇ ਲੱਗੇ ਧਰਨੇ ਸਾਰੇ ਕਵਰ ਕਰ ਲਈਏ, ਮਤਲਬ ਜਿੱਥੇ ਇੱਥੇ ਲੱਗਿਆ। ਪੂਰੀ ਕਿੰਨੇ ਕੁ ਬੰਦੇ ਹੋ ਤੁਸੀਂ? ਕਿਉਂਕਿ ਇਹਦੇ ਲਈ ਬੇਸ ਤਿਆਰ ਕਰਨ ਵਾਸਤੇ ਵੀ ਟਾਈਮ ਲੱਗਦਾ। ਤਿਆਰ ਕੀਤੇ ਵੇ ਆਪਾਂ ਲੈ ਲਈ ਕਰਕੇ ਲੈ, ਆਪਣੀਆਂ ਵਿੱਚ ਇਹਦੇ ਪਈਆਂ ਮਸ਼ੀਨਾਂ, ਦੋ ਪਈਆਂ ਫਰਿੱਜਾਂ, ਇੱਕ 'ਚ ਬੇਸ, ਇੱਕ 'ਚ ਆਪਣੀ ਚੀਜ਼ ਆ। ਇੱਥੇ ਫਿਰ ਜਨਰੇਟਰ ਦੇ ਨਾਲ ਤੁਸੀਂ ਇਹਨੂੰ ਵੇਟ ਕਰ ਲੈਣਾ? ਹਾਂਜੀ ਵੇਟ ਕਰ ਲੈਂਦੇ। ਹਾਂਜੀ, ਵੈਸੇ ਤਾਂ ਲਾਈਟ ਨਾ ਵੀ ਹੋਏ ਤਾਂ ਲਾਈਟ ਕੱਟੀ ਗਈ ਸੀਗੀ, ਤਾਂ ਜਨਰੇਟਰ ਲਿਆਂਦਾ, ਜਨਰੇਟਰ ਲਾਇਆ ਕਰਤਾ ਸ਼ੁਰੂ। ਸੋ ਹਾਂਜੀ ਬਾਈ, ਕੀ ਨਾਮ ਆ ਤੁਹਾਡਾ? ਮਨਪ੍ਰੀਤ ਸਿੰਘ ਹੈ ਜੀ। ਜੀ, ਕਿਸਾਨਾਂ ਦੇ ਨਾਲ ਖੜਾਂਗੇ, ਨੋ ਫਾਰਮਰ ਨੋ ਫੂਡ, ਚੱਕਦੇ ਫੱਟੇ ਹੈ, ਚੱਕਦੇ ਹੀ ਚੱਕਦੇ। ਫਿਰੋਜ਼ਪੁਰੀ ਅੱਜ ਨੰਬਰ ਲੈ ਗਏ ਹੈ? ਹਾਂਜੀ ਹਾਂਜੀ ਪੂਰੇ। ਅੱਛਾ, ਬਾ ਜਿੰਨਾ ਜ਼ੋਰ ਆਈ ਸਾਰੇ ਲਾਈ ਜਾਂਦੇ, ਜਿੰਨਾ ਜਿੰਨਾ ਆਪਦਾ ਲੱਗਦਾ ਪਿਆ। ਹਾਂ, ਇਹ ਤਾਂ ਬਾਈ ਵੀ ਇਹੀ ਗੱਲ ਕਹਿ ਕੇ ਹਟਾ ਵੀ ਜਿਹਦਾ ਜਿੰਨਾ ਬੇਤਾ ਉਹ ਉਹਨਾਂ ਖੜ ਰਿਹਾ ਹੈਗਾ। ਪਰ ਇਹ ਗੱਲ ਖੜਾਂਗੇ ਕਦੋਂ ਜੀ? ਕੰਮ ਦਾ ਤਾਂ ਨੁਕਸਾਨ ਉੱਥੇ ਵੀ ਹੁੰਦਾ ਹੋਊ, ਕੀ ਕੰਮ ਕਰਦੇ ਹੋ ਤੁਸੀਂ ਵੈਸੇ? ਕੰਮ ਆਪਣਾ ਆਹੀ ਹੈ ਜੀ, ਪੀਜ਼ੇ ਦਾ ਹੀ। ਤੁਹਾਡਾ ਵੀ ਪੀਜ਼ੇ ਦਾ? ਸਾਰੇ ਇਕੱਠੇ ਹੀ ਆ, ਭਰਾ ਹੀ ਆ ਸਾਰੇ ਅਸੀਂ। ਅੱਛਾ, ਤੇ ਸਾਰੇ ਇੱਥੇ ਆ ਗਏ? ਬਸ ਇੱਥੇ ਹੀ ਆਏ ਸਾਰੇ। ਸ਼ੋਰੂਮ ਫਿਰ ਉੱਥੋਂ ਆਏ, ਸਾਂਭ ਜਾਂਦੇ, ਇੱਕ ਬ੍ਰਦਰ ਹੈਗਾ ਉੱਥੇ। ਅੱਛਾ, ਹਾਂਜੀ, ਬਾਕੀ ਸਾਰਿਆਂ ਨੇ ਇੱਥੇ ਆ ਗਏ ਆਪਦਾ ਕੰਮ ਲਾਲੇ ਡੇਰੇ ਤੇ ਪੱਕੇ ਜੀ। ਜੀ ਸੋ ਹਾਂ, ਕਾ ਕਰਨੀ ਗੱਲ ਦੋ ਮਿੰਟ, ਨਾਲ ਆ ਜਾ, ਇੱਥੇ ਕਰਦੇ ਆ ਆਪਾਂ। ਹਾਂ, ਕਿਵੇਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਕਿਸਾਨ ਜੇ ਰਹੂਗਾ ਤਾਂ ਸਾਰਾ ਕੁਝ ਰਹਿਣਾ। ਹਾਂਜੀ, ਇਹ ਜੇ ਕਿਸਾਨ ਦਾ ਕਾਰੋਬਾਰ ਸਹੀ ਚੱਲੂਗਾ ਤਾਂ ਹੀ ਦੁਨੀਆ ਸਾਰੀ ਨੇ ਚੱਲਣਾ, ਕਿਉਂਕਿ ਜਿਹੜੇ ਕਿਸਾਨ ਆ ਇਹ ਸਾਰੀ ਦੁਨੀਆ ਦੀ ਰੀੜ ਦੀ ਹੱਡੀ ਆ, ਹਰ ਇੱਕ ਚੀਜ਼ ਨੂੰ ਇਹ ਪੈਦਾ ਕਰਦਾ, ਤੇ ਜੇ ਕਿਸਾਨ ਹੀ ਨਾ ਰਿਹਾ ਤੇ ਕੁਛ ਵੀ ਨਹੀਂ ਰਹਿਣਾ ਦੁਨੀਆ 'ਤੇ। ਹੁਣ ਤੁਸੀਂ ਵੇਖੋ, ਗੰਢਾ ਆਲੂ ਜੋ ਵਪਾਰੀ ਦੇ ਕੋਲੇ ਜਾ ਵੜਿਆ ਉਦੋਂ 50 ਰੁਪਈਏ ਕਿਲੋ, 70 ਰੁਪਈਏ ਕਿਲੋ, ਜਦੋਂ ਕਿਸਾਨ ਦੇ ਕੋਲੇ ਸੀਗਾ ਉਦੋਂ ਆਲੂ ਗੰਢਾ 2 ਰੁਪਈਏ ਕਿਲੋ, 3 ਰੁਪਈਏ ਕਿਲੋ। ਅੱਛਾ, ਆਪਾਂ ਨੂੰ ਇਹ ਗੱਲ 'ਚ ਵੀ ਦਿਖਾਇਆ ਵੀ ਯਾਰ ਵੀ ਕਿਸਾਨ ਗਰੀਬ ਹੁੰਦੇ ਆ ਤਾਂ ਪੀਜ਼ੇ ਖਾਈ ਜਾਂਦੇ ਆ, ਉਹਨਾਂ ਨੂੰ ਕੀ ਕਹੋਗੇ ਤੁਸੀਂ? ਇਹ ਆਉਂਵਾ ਜੀ, ਗੁਰੂ ਨਾਨਕ ਪਾਤਸ਼ਾਹ ਦੇ ਲੰਗਰ ਆ, ਇੱਥੇ ਕਿਸੇ ਚੀਜ਼ ਦਾ ਘਾਟਾ ਨਹੀਂ ਗਾ। ਕੋਈ ਪੰਜੀਰੀਆਂ ਵੰਡੀ ਜਾਂਦਾ, ਕੋਈ ਛੋਲੇ ਵੰਡੀ ਜਾਂਦਾ, ਕੋਈ ਪੀਜ਼ੇ ਵੰਡੀ ਜਾਂਦਾ,
कि राजपाल सिंह का पीजा जीरे कनेडियन पीजा साडा भतीजा इन्हें रजिस्टर्ड कराया बठिंडे भी हैगा मैं देखा बठिंडे भी हैगा ये सारे नगर ने व्यौंत करके एन आर आई वीर संयोग दे नाल कल शाम का मतलब चलता ये सारे बार्डर से असी दो दो दिन लाने सो जिमें तुसी देख ही लिया बाबा जी ते बाई अर्गे भी इधर बरताउन तैयार खड़े आ गए तो थोड़े सामने ही आ बई हुण इहनू जिन्हें भी लोगों मैक्सीम इन्हां दी कोशिश आ वंडिया जाए तो वध तो वध लोगों चलो ठीक है धरने दे विच आए आ जिन्हें भी हाँ जी बई कराओ कराओ किने करनी है गल की नाम बई ਇਹ ਗਗਨਦੀਪ ਸਿੰਘ ਜੀ ਬਸ ਜਿਹੜਾ ਦਿਲ ਚ ਹੁਣ ਬੋਲਦੇ ਬਣਾ ਸਵਾਲ ਤੋਂ ਹਾਂ ਅਸੀਂ ਜੀ ਕਿਸਾਨ ਆ ਅੱਤਵਾਦੀ ਨਹੀਂਗੇ ਜੀ ਹਾਂ ਠੀਕ ਆ ਜੀ ਤੇ ਬਾਕੀ ਕਿਸਾਨ ਭਰਾਵਾਂ ਦੇ ਨਾਲ ਆ ਜੀ ਬੀਜੇ ਤੇ ਵੀ ਉਹਨਾਂ ਨੇ ਪਿਛਲੀ ਵਾਰ ਰਿਜੈਕਸ਼ਨ ਲਾਇਆ ਸੀ ਤੁਸੀਂ ਸਾਰੇ ਹੀ ਆਪਾਂ ਦੇਖਦੇ ਹਾਂ ਅੱਜ ਕੱਲ ਤੁਸੀਂ ਵੀ ਦੇਖਿਆ ਹੋਣਾ ਵੀ ਇਹ ਗਰੀਬ ਕਿੱਥੋਂ ਆ ਇਹਦਾ ਬੀਜੇ ਖਾਈ ਜਾਂਦੇ ਉਹਨਾਂ ਨੇ ਐਂ ਕਿਹਾ ਸੀ ਪਿਛਲੀ ਵਾਰ ਸਰਕਾਰ ਦੇ ਕੇ ਮੰਤਰੀਆਂ ਨੇ ਵੀ ਗੱਲ ਕਹੀ ਹਾਂ ਜੀ ਹੁਣ ਕਹਿਣ ਕਹਿਣ ਨੂੰ ਤਾਂ ਹੀ ਬਹੁਤ ਕੁ ਕਹੀ ਜਾਂਦੇ ਆ ਪਰ ਹੁਣ ਅਸੀਂ ਕੋ ਕਰਕੇ ਜਾਵਾਂਗੇ ਠੀਕ ਆ ਬਾਈ ਆ ਥੋੜਾ ਸਾਡਾ ਪਾਸਾ ਸਿੱਧਾ ਬਾਈ ਸੋ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਧੰਨਵਾਦ ਪਰ ਲੰਗਰ ਫਿਲਹਾਲ ਚੱਲ ਰਿਹਾ ਸਾਨੂੰ ਇਹੀ ਦਿਖਾਉਣਾ ਸੀ ਬਹੁਤ ਬਹੁਤ ਧੰਨਵਾਦ।